ਲੈਜੈਂਡਰੀ ਸਿੰਗਰ ਜੈਜ਼ੀ ਬੀ ਨੇ ਆਪਣੇ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤਾ ਟ੍ਰਿਬਿਊਟ। ਜੀ ਹਾਂ, ਰੀਸੈਂਟਲੀ ਜੈਜ਼ੀ ਬੀ ਦੀ ਲਾਈਵ ਪਰਫਾਰਮੈਂਸ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਸਾਨੂੰ ਦਿਖ ਰਿਹਾ ਕਿ ਜੈਜ਼ੀ ਬੀ ਪਰਫਾਰਮ ਕਰ ਰਹੇ ਨੇ ਤੇ ਇਸ ਪਰਫਾਰਮੈਂਸ ਦੇ ਦੌਰਾਨ ਜੈਜ਼ੀ ਬੀ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਪੇ ਕੀਤਾ ਗਿਆ। ਵੈਲ, ਇਸ ਵੀਡੀਓ ਦੇ ਵਿੱਚ ਜੈਜ਼ੀ ਬੀ ਸਾਨੂੰ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ। ਜੈਜ਼ੀ ਬੀ ਦੇ ਸ਼ੋਅ ਦੇ ਦੌਰਾਨ ਦੀ ਇਹ ਵੀਡੀਓ ਹੈ ਜਿੱਥੇ ਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦੀ ਰਚ ਕੇ ਤਾਰੀਫ ਕੀਤੀ ਹੈ, ਉਹਨਾਂ ਨੂੰ ਟ੍ਰਿਬਿਊਟ ਪੇ ਕੀਤਾ ਆਪਣੇ ਇਸ ਸ਼ੋਅ ਦੇ ਦੌਰਾਨ ਤੇ ਉੱਥੇ ਬੈਠੇ ਆਡੀਅੰਸ ਤੇ ਉੱਥੇ ਜੋ ਪ੍ਰੈਜੈਂਟ ਆਡੀਅੰਸ ਨੇ ਵੀ ਉਹਨਾਂ ਨੂੰ ਕਾਫੀ ਐਪਰੀਸ਼ੀਏਟ ਕੀਤਾ, ਸਲਿਊਟ ਕੀਤਾ ਤੇ ਉਹਨਾਂ ਲਈ ਤਾੜੀਆਂ ਵਜਾਈਆਂ ਤੇ ਜੈਜ਼ੀ ਬੀ ਨੂੰ ਹੋਰ ਵੀ ਜ਼ਿਆਦਾ ਐਪਰੀਸ਼ੀਏਸ਼ਨ ਮਿਲੀ ਉਹਨਾਂ ਦੇ ਅਜਿਹੇ ਕੰਮ ਨਾਲ। ਉਹਨਾਂ ਦੇ ਇਸ ਕਾਇੰਡ ਜੈਸਚਰ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ। ਵੈਲ, ਜੈਜ਼ੀ ਬੀ ਦੇ ਸ਼ੋਅ ਦੇ ਦੌਰਾਨ ਆਡੀਅੰਸ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਕਾਫੀ ਜ਼ਿਆਦਾ ਇੰਜੋਏ ਵੀ ਕੀਤਾ ਤੇ ਜਦੋਂ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਪੇ ਕੀਤਾ ਆਪਣੀ ਲਾਈਵ ਪਰਫਾਰਮੈਂਸ ਦੇ ਜ਼ਰੀਏ ਤੇ ਜੈਜ਼ੀ ਬੀ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ। ਵੈਲ, ਦੱਸ ਦਈਏ ਕਿ ਇਸ ਪਰਫਾਰਮੈਂਸ ਨੂੰ ਲੋਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਤੇ ਨਾਲ ਹੀ ਜਿਹੜਾ ਹੁਣ ਟ੍ਰਿਬਿਊਟ ਉਹਨਾਂ ਆਪਣੀ ਪਰਫਾਰਮੈਂਸ ਜ਼ਰੀਏ ਦਿੱਤਾ ਹੈ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਸ਼ੇਅਰ ਵੀ ਕੀਤੀ ਜਾ ਰਹੀ ਹੈ। ਵੈਲ, ਜੈਜ਼ੀ ਬੀ ਦੇ ਵੱਲੋਂ ਅਜਿਹਾ ਪਹਿਲੀ ਵਾਰੀ ਨਹੀਂ ਹੈ ਕਿ ਉਹਨਾਂ ਸਿੱਧੂ ਮੂਸੇਵਾਲਾ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਪਹਿਲਾਂ ਵੀ ਕਈ ਵਾਰ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਹੈ ਆਪਣੇ ਸ਼ੋਅਜ਼ ਦੇ ਦੌਰਾਨ, ਆਪਣੀਆਂ ਪਰਫਾਰਮੈਂਸਿਸ ਦੇ ਦੌਰਾਨ ਤੇ ਸੋਸ਼ਲ ਮੀਡੀਆ ਤੇ ਵੀ ਉਹਨਾਂ ਸਿੱਧੂ ਮੂਸੇਵਾਲਾ ਦੇ ਬਾਰੇ ਪੋਸਟ ਲਿਖੀ ਸੀ। ਸੋ ਹੁਣ ਜੈਜ਼ੀ ਬੀ ਦੇ ਵੱਲੋਂ ਅਜਿਹਾ ਕਰਨ ਦੇ ਨਾਲ ਉਹਨਾਂ ਨੂੰ ਹੋਰ ਵੀ ਜ਼ਿਆਦਾ ਐਪਰੀਸ਼ੀਏਟ ਕੀਤਾ ਜਾ ਰਿਹਾ। ਜੈਜ਼ੀ ਬੀ ਇੱਕ ਅਜਿਹੇ ਸਿੰਗਰ ਨੇ ਜਿਨ੍ਹਾਂ ਦੇ ਗਾਣੇ ਐਵਰਗ੍ਰੀਨ ਨੇ, ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਹੁਣ ਵੀ ਆਪਣੇ ਫੈਨਸ ਦੇ ਲਈ ਨਵੇਂ ਗੀਤ ਲੈ ਕੇ ਆਉਣ ਲਈ ਰੈਡੀ ਰਹਿੰਦੇ ਨੇ। ਜੈਜ਼ੀ ਬੀ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਸਾਰੇ ਗੀਤ ਰਿਲੀਜ਼ ਕੀਤੇ ਜਾਣ ਵਾਲੇ ਨੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਪਿਆਰ ਮਿਲਣ ਦੀ ਉਮੀਦ ਹੈ ਤੇ ਹੁਣ ਉਹਨਾਂ ਦਾ ਰੀਸੈਂਟਲੀ ਰਿਲੀਜ਼ ਹੋਇਆ ਗੀਤ ਵੀ ਲੋਕਾਂ ਦੇ ਵੱਲੋਂ ਬਖੂਬੀ ਪਸੰਦ ਕੀਤਾ ਜਾ ਰਿਹਾ। ਸੋ ਕਿੰਨੇ ਐਕਸਾਈਟਿਡ ਹੋ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ, ਕਮੈਂਟ ਕਰਕੇ ਦੱਸ ਸਕਦੇ ਹੋ। ਜੈਜ਼ੀ ਬੀ ਦਾ ਇੱਕ ਕਾਇੰਡ ਜੈਸਚਰ ਜੋ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਦੇ ਕੇ ਪ੍ਰੈਜੈਂਟ ਕੀਤਾ ਉਸ ਦੇ ਬਾਰੇ ਕੀ ਕਹਿਣਾ ਹੈ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਪਰ ਜੈਜ਼ੀ ਬੀ ਦੇ ਗਾਣਿਆਂ ਵਿੱਚੋਂ ਫੇਵਰੇਟ ਕਿਹੜਾ ਹੈ ਇਹ ਵੀ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਣਾ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।